ਦਾ ਟੀਚਰਸ ਟੀਵੀ ਦੇਖ ਰਹੇ ਤਮਾਮ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਇੱਕ ਜਿਹੜੀ ਜ਼ਰੂਰੀ ਵੀਡੀਓ ਆ ਤੁਹਾਡੇ ਨਾਲ ਸਾਂਝੀ ਕਰਨ ਦੇ ਲਈ ਅੱਜ ਆਪਾਂ ਜੁੜੇ ਹਾਂ, ਤਾਂ ਉਹ ਹੈ ਜੀ ਨਵੋਦਿਆ ਵਿਦਿਆਲਿਆ ਜਿਹੜੀ ਪ੍ਰੀਖਿਆ 20 ਜਨਵਰੀ 2024 ਦੇ ਵਿੱਚ 6ਵੀਂ ਕਲਾਸ ਲਈ ਹੋਣੀ ਆ। ਉਹ ਪ੍ਰੀਖਿਆ ਦੇ ਐਡਮਿਟ ਕਾਰਡ ਆ ਜਿਹੜੇ ਆ ਚੁੱਕੇ ਆ, ਉਹ ਐਡਮਿਟ ਕਾਰਡ ਆ ਜਿਹੜੇ ਆਪਾਂ ਕਿਵੇਂ ਡਾਊਨਲੋਡ ਕਰਨੇ ਆ ਉਹਦੇ ਲਈ ਜਿਹੜੀ ਇਹ ਵੀਡੀਓ ਆ ਤਿਆਰ ਕੀਤੀ ਗਈ ਆ। ਉਸ ਤੋਂ ਪਹਿਲਾਂ ਜਿਨ੍ਹਾਂ ਨੇ ਹਾਲੇ ਤੱਕ ਸਾਡਾ ਦਾ ਟੀਚਰਸ ਟੀਵੀ ਯੂਟਿਊਬ ਚੈਨਲ ਆ ਜਿਹੜਾ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੈਣ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਦੱਸਦੇ ਹਾਂ ਵੀ ਐਡਮਿਟ ਕਾਰਡ ਆ ਜਿਹੜੇ ਉਹ ਕਿਵੇਂ ਡਾਊਨਲੋਡ ਹੋਣੇ ਆ। ਇਹ ਲਿੰਕ ਆ ਜਿਹੜਾ ਹੈਗਾ ਡਾਊਨਲੋਡ ਕਰਨ ਦਾ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿਆਂਗੇ, ਤੁਸੀਂ ਉਹਦੇ ਉੱਤੇ ਜਾ ਕੇ ਇਹ ਜਿਹੜੀ ਹੈਗੀ ਆ ਪੋਰਟਲ ਖੋਲ੍ਹ ਕੇ ਅਤੇ ਬੱਚੇ ਦਾ ਐਡਮਿਟ ਕਾਰਡ ਆ ਜਿਹੜਾ ਡਾਊਨਲੋਡ ਕਰ ਸਕਦੇ ਹਾਂ। ਇਹ ਐਡਮਿਟ ਕਾਰਡ ਆ ਜਿਹੜਾ ਹੈਗਾ 6ਵੀਂ ਕਲਾਸ ਦੇ ਦਾਖਲੇ ਵਾਲੇ ਜਿਨ੍ਹਾਂ ਦੀ ਆਪਾਂ ਰਜਿਸਟ੍ਰੇਸ਼ਨ ਕਰ ਚੁੱਕੇ ਹਾਂ ਪਹਿਲਾਂ, ਉਹਨਾਂ ਦੇ ਹੀ ਜਿਹੜੇ ਨਿਕਲਣਗੇ ਜਿਨ੍ਹਾਂ ਨੂੰ ਰਜਿਸਟ੍ਰੇਸ਼ਨ ਨੰਬਰ ਮਿਲਿਆ ਹੋਇਆ। ਇਹਦੇ ਲਈ ਸਾਨੂੰ ਰਜਿਸਟ੍ਰੇਸ਼ਨ ਨੰਬਰ ਚਾਹੀਦਾ ਬੱਚੇ ਦਾ ਅਤੇ ਨਾਲ ਉਹਦੇ ਡੇਟ ਆਫ ਬਰਥ ਚਾਹੀਦੀ ਹੈ। ਦੋਨਾਂ ਚੀਜ਼ਾਂ ਜੇਕਰ ਸਾਨੂੰ ਪਤਾ ਤਾਂ ਅਸੀਂ ਬੱਚੇ ਦਾ ਐਡਮਿਟ ਕਾਰਡ ਆ ਜਿਹੜਾ ਉਹ ਕੱਢ ਸਕਦੇ ਹਾਂ, ਜਿੱਥੋਂ ਸਾਨੂੰ ਪਤਾ ਲੱਗੂਗਾ ਵੀ ਇਹ ਐਡਮਿਟ ਕਾਰਡ ਆ ਜਿਹੜਾ ਹੈਗਾ ਕਿੱਥੇ ਬੱਚੇ ਦਾ ਰੋਲ ਨੰਬਰ ਆਇਆ ਅਤੇ ਕਿੱਥੇ ਜਾ ਕੇ ਉਹਨੇ ਬੱਚੇ ਨੇ ਇਗਜ਼ਾਮ ਆ ਜਿਹੜਾ ਦੇਣਾ ਹੈਗਾ। ਸੋ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਗਿਆ, ਜਦੋਂ ਅਸੀਂ ਇਹ ਲਿੰਕ ਦੇ ਉੱਤੇ ਖੋਲ੍ਹਾਂਗੇ ਤਾਂ ਇਸ ਤਰ੍ਹਾਂ ਦਾ ਇੰਟਰਫੇਸ ਆ ਜਿਹੜਾ ਉਹ ਖੁੱਲ੍ਹ ਜੂਗਾ, ਜਿਹਦੇ ਵਿੱਚ ਸਟੂਡੈਂਟ ਦੀ ਲੌਗਇਨ ਹੋਣਾ ਅਤੇ ਉਹ 'ਤੇ ਰੋਲ ਨੰਬਰ ਆ ਜਿਹੜਾ ਉਹਦਾ ਆ ਜਾਣਾ ਹੈਗਾ। ਸੋ ਇਸ ਤਰ੍ਹਾਂ ਦਾ ਇੰਟਰਫੇਸ ਆ ਜਿਹੜਾ ਤੁਹਾਨੂੰ ਦਿਖਾਈ ਦੇਊਗਾ। ਅਸੀਂ ਇਹਦੇ ਵਿੱਚ ਜਾ ਕੇ ਰਜਿਸਟ੍ਰੇਸ਼ਨ ਨੰਬਰ ਜਿੱਥੇ ਲਿਖਿਆ ਹੋਇਆ ਉੱਥੇ ਜਾ ਕੇ ਅਸੀਂ ਬੱਚੇ ਦਾ ਰਜਿਸਟ੍ਰੇਸ਼ਨ ਨੰਬਰ ਆ ਜਿਹੜਾ ਉਹ ਭਰ ਦੇਣਾ ਹੈਗਾ। ਇੱਕ ਡਾਊਨਲੋਡ ਮੈਂ ਕਰਕੇ ਤੁਹਾਨੂੰ ਦਿਖਾਊਂਗਾ ਅਤੇ ਤੁਸੀਂ ਉਹਦੇ ਤੋਂ ਇਸ ਤਰੀਕੇ ਦੇ ਨਾਲ ਡਾਊਨਲੋਡ ਆ ਜਿਹੜਾ ਕਰ ਸਕਦੇ ਹਾਂ। PDF ਦੇ ਵਿੱਚ ਵੀ ਤੁਹਾਨੂੰ ਮਿਲ ਜੂਗਾ ਇਹ ਰੋਲ ਨੰਬਰ ਅਤੇ ਜਿੱਥੋਂ ਸਾਨੂੰ ਪਤਾ ਲੱਗੂਗਾ ਵੀ ਬੱਚੇ ਨੇ ਕਿਹੜੇ ਸਕੂਲ ਦੇ ਵਿੱਚ ਉਹਨਾਂ ਦੀ ਜਿਹੜਾ ਹੈਗਾ ਰੋਲ ਨੰਬਰ ਆਇਆ ਹੈਗਾ ਤਾਂ ਉਹ ਆਪਾਂ ਇੱਥੋਂ ਕੱਢ ਸਕਦੇ ਹਾਂ। ਤਾਂ ਪਹਿਲਾਂ ਅਸੀਂ ਰਜਿਸਟ੍ਰੇਸ਼ਨ ਨੰਬਰ ਆ ਜਿਹੜਾ ਹੈਗਾ ਉਹ ਭਰਤਾ ਹੈਗਾ। ਰਜਿਸਟ੍ਰੇਸ਼ਨ ਨੰਬਰ ਭਰਨ ਤੋਂ ਬਾਅਦ ਅਸੀਂ ਡੇਟ ਆਫ ਬਰਥ ਭਰਨੀ ਆ, ਤਾਂ ਉਹਦੇ ਲਈ ਸਾਨੂੰ ਧਿਆਨ ਰੱਖਣਾ ਵੀ ਡੇਟ ਆਫ ਬਰਥ ਦੇ ਆ ਲੈਫਟ ਸਾਈਡ ਦੇ ਉੱਤੇ ਆ ਜਿਹੜਾ ਹੈਗਾ ਇੱਥੇ ਬਣਿਆ ਹੋਇਆ ਜਿਹੜਾ ਹੈਗਾ ਡੇਟ ਆਫ ਬਰਥ ਦਾ ਇੱਥੇ ਆਪਾਂ ਇਹ ਭਰਨਾ ਹੈਗਾ। ਸੋ ਧਿਆਨ ਨਾਲ ਦੇਖਦੇ ਹੋਏ ਅਸੀਂ ਤਾਂ ਧਿਆਨ ਦੇਵਾਂਗੇ। ਹਾਂ, ਇੱਥੇ ਆਪਾਂ ਇਹਨੂੰ ਕਲਿੱਕ ਕਰਾਂਗੇ। ਕਲਿੱਕ ਕਰਨ ਤੋਂ ਬਾਅਦ ਆਪਾਂ ਜਿਹੜੀ ਡੇਟ ਆਫ ਬਰਥ ਬਣਦੀ ਆ ਉਹ ਸੰਨ ਦੇ ਵਿੱਚ ਜਾਵਾਂਗੇ ਬੱਚੇ ਦੇ। ਸੋ ਧਿਆਨ ਨਾਲ ਆਪਾਂ ਉਸੇ ਦੇ ਵਿੱਚ ਜਾ ਕੇ ਦੇਖਾਂਗੇ ਤਾਂ ਇਹ ਬੱਚੇ ਦਾ ਰੋਲ ਨੰਬਰ ਅਸੀਂ ਕੱਢ ਸਕਾਂਗੇ। ਜਿਵੇਂ ਆਪਾਂ ਇਹ ਦੇਖਦੇ ਹਾਂ ਵੀ ਕਦੋਂ ਡੇਟ ਆਫ ਬਰਥ ਜਿਹੜੀ ਬਣਦੀ ਹੈ ਬੱਚੇ ਦੀ, ਤਾਂ ਡੇਟ ਆਫ ਬਰਥ ਭਰਨ ਤੋਂ ਬਾਅਦ ਅਸੀਂ ਦੇਖਾਂਗੇ ਇਹ 'ਤੇ ਜਿਹੜਾ ਕੈਪਚਾ ਬਣਿਆ ਹੋਇਆ ਇਹਨਾਂ ਦਾ ਜੋੜ ਕਰਕੇ ਇੱਥੇ ਐਸੇ ਭਰ ਦੇਣਾ। ਅਸੀਂ ਭਰਨ ਤੋਂ ਬਾਅਦ ਸਾਡੇ ਕੋਲ ਜਿਹੜੀ ਫਾਈਲ ਆ ਉਹ ਡਾਊਨਲੋਡ ਹੋ ਜੂਗੀ ਐਡਮਿਟ ਕਾਰਡ ਦੀ। ਸੋ 40 ਅਤੇ 22 ਆ ਜਿਹੜੇ ਹੈਗੇ ਆ 62 ਬਣ ਜਾਂਦੇ ਆ, ਤਾਂ 62 ਭਰਨ ਤੋਂ ਬਾਅਦ ਅਸੀਂ ਇਹਨੂੰ ਸਾਈਨ ਇਨ ਕਰ ਦਿਆਂਗੇ। ਤਾਂ ਜਦੋਂ ਇਸ ਤਰ੍ਹਾਂ ਦਾ ਇੰਟਰਫੇਸ ਸਾਡੇ ਕੋਲ ਆ ਖੁੱਲ੍ਹ ਜੂਗਾ ਤਾਂ ਇੱਥੇ ਡਾਊਨਲੋਡ ਦਾ ਆ ਗਿਆ ਕਲਿੱਕ ਹੇਅਰ ਟੂ ਡਾਊਨਲੋਡ ਐਡਮਿਟ ਕਾਰਡ, ਤਾਂ ਅਸੀਂ ਕਲਿੱਕ ਕਰ ਦਿਆਂਗੇ ਇੱਥੇ। ਤਾਂ ਜਦੋਂ ਇਹਨੂੰ ਡਾਊਨਲੋਡ ਕਰਦੇ ਹਾਂ ਅਸੀਂ, ਕਿਉਂਕਿ ਮੈਂ ਪਹਿਲਾਂ ਵੀ ਡਾਊਨਲੋਡ ਕਰਿਆ ਸੀ ਇਸ ਕਰਕੇ ਇਹਦੇ ਉੱਤੇ ਇਸ ਤਰ੍ਹਾਂ ਲਿਖਿਆ ਆ, ਪਰ ਹੁਣ ਇਹ ਐਡਮਿਟ ਕਾਰਡ ਆ ਜਿਹੜਾ ਸਾਡੇ ਕੋਲ ਸਾਨੂੰ ਪ੍ਰਾਪਤ ਕਰ ਲਾਂਗੇ ਅਸੀਂ। ਤਾਂ ਆਪਾਂ ਇੱਕ ਵਾਰ ਫਿਰ ਜਦੋਂ ਹੈਗਾ ਡਾਊਨਲੋਡ ਕੀਤਾ ਤਾਂ ਇਸ ਤਰ੍ਹਾਂ ਸਾਡੇ ਕੋਲ ਐਡਮਿਟ ਕਾਰਡ ਆ ਬੱਚੇ ਦਾ ਜਿਹੜਾ ਉਹ ਨਿਕਲ ਕੇ ਆਜੂਗਾ, ਇਹ ਜਿਹਦੇ ਤੋਂ ਸਾਨੂੰ ਪਤਾ ਲੱਗੂਗਾ ਬੱਚੇ ਨੇ ਕਿਹੜੇ ਸੈਂਟਰ ਦੇ ਵਿੱਚ ਜਾ ਕੇ
ਆਪਦਾ ਜਿਹੜਾ ਹੈਗਾ 20 ਜਨਵਰੀ ਨੂੰ ਛੇਵੀਂ ਕਲਾਸ ਦੇ ਦਾਖਲੇ ਲਈ ਨਮੂਦੇ ਦਾ ਜਿਹੜਾ ਟੈਸਟ ਹੋਣਾ ਕਿੱਥੇ ਹੋਣਾ, ਇਸ ਤਰ੍ਹਾਂ ਦੀ ਇੱਕ ਫਾਈਲ ਹੈ ਜਿਹੜੀ ਡਾਊਨਲੋਡ ਹੋਰ ਕੱਢ ਕੇ ਅਸੀਂ ਬੱਚਿਆਂ ਦੇ ਐਡਮਿਟ ਕਾਰਡ ਆ ਜਿਹੜੇ ਉਹ ਦੇਖ ਸਕਦੇ ਹਾਂ, ਸਾਡੇ ਬੱਚੇ ਦਾ ਰੋਲ ਨੰਬਰ ਆ ਜਿਹੜਾ ਉਹ ਕਿੱਥੇ ਆਇਆ ਜੀ। ਅਤੇ ਸਾਡੀਆਂ ਵੀਡੀਓ ਤੁਹਾਨੂੰ ਕਿਵੇਂ ਲੱਗਦੀਆਂ ਨੇ ਜ਼ਰੂਰ ਕਮੈਂਟ ਕਰਕੇ ਦੱਸਿਆ ਕਰੋ, ਔਰ ਜੇ ਚੰਗੀਆਂ ਲੱਗਦੀਆਂ ਤਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ। ਅਤੇ ਸਾਰੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਜਿਹੜਾ ਹੈਗਾ ਤੁਸੀਂ ਇਹ ਵੀਡੀਓ ਜਿਹੜੀ ਹੈਗੀ ਸਾਡੀਆਂ ਅੱਗੇ ਵੀ ਨਾਲ ਦੀ ਨਾਲ ਪਾਸ ਕਰਿਆ ਕਰੋ, ਤਾਂ ਕਿ ਹੋਰ ਵੀ ਜਿਹੜੇ ਦਰਸ਼ਕ ਹੈ ਇਹਨੂੰ ਦੇਖ ਕੇ ਇਹਦਾ ਫਾਇਦਾ ਉਠਾ ਸਕਣ। ਸੋ ਇਹ ਸੀਗੀ ਅੱਜ ਦੀ ਐਡਮਿਟ ਕਾਰਡ ਦੀ ਵੀਡੀਓ ਸਾਡੀ। ਜਿਵੇਂ ਕਿ ਤੁਸੀਂ ਤਾਂ ਟੀਚਰਸ ਟੀ ਵੀ ਦੇ ਉੱਤੇ ਲਗਾਤਾਰ ਸਟੱਡੀ ਨਾਲ ਸੰਬੰਧਿਤ ਅਸੀਂ ਜਿਹੜੀਆਂ ਹੈਗੀਆਂ ਉਹ ਵੀਡੀਓ ਪਾਉਂਦੇ ਰਹਿੰਦੇ ਹਾਂ। ਇਹ ਸਟੱਡੀ ਹੈ ਲਗਾਤਾਰ ਚੱਲਣੀ ਹੈ, ਜਿਨ੍ਹਾਂ ਨੇ ਹਾਲੇ ਤੱਕ ਦਰਸ਼ਕਾਂ ਨੇ ਜਿਹੜੇ ਪੜ੍ਹਨਾ ਚਾਹੁੰਦੇ ਆ, ਵਾਕਈ ਕੁਛ ਨਾ ਕੁਛ ਜ਼ਿੰਦਗੀ ਦੇ ਵਿੱਚ ਕਰਨਾ ਚਾਹੁੰਦੇ ਆ, ਉਹਨਾਂ ਲਈ ਇਹ ਵੀਡੀਓ ਜਿਹੜੀ ਹੈਗੀਆਂ ਬਹੁਤ ਲਾਹੇਵੰਦ ਨੇ। ਸਾਰੇ ਦਰਸ਼ਕ ਧਿਆਨ ਦੇਣ ਅਤੇ ਇਸ ਤਰ੍ਹਾਂ ਅਸੀਂ ਜਿਹੜਾ ਹੈਗਾ ਐਡਮਿਟ ਕਾਰਡ ਆ ਜਿਹੜਾ ਉਹ ਡਾਊਨਲੋਡ ਕਰ ਸਕਦੇ ਹਾਂ। ਅਤੇ ਇਹ ਪਾਸ ਕਰ ਦਿਓ ਤਾਂ ਕਿ ਜਲਦੀ ਤੋਂ ਜਲਦੀ ਅਸੀਂ ਐਡਮਿਟ ਕਾਰਡ ਕੱਢ ਸਕੀਏ। ਧੰਨਵਾਦ ਜੀ, ਸ਼ੁਕਰੀਆ। ਕਿਵੇਂ ਲੱਗੀ ਵੀਡੀਓ ਜ਼ਰੂਰ ਦੱਸਣਾ ਜੀ।